पिंड पंजाबी टीवी अज तुहानूं विखा रहा है ज़िला लोधरां दा सब तो वड्डा पिंड चक नंबर 355 WB जिसनूं एक चक भी आख्या जांदा है। ਇਹ ਪਿੰਡ ਲੋਧਰਾਂ ਸ਼ਹਿਰ ਤੋਂ 45 ਅਤੇ ਦੁਨੀਆਪੁਰ ਤੋਂ 8 ਕਿਲੋਮੀਟਰ ਦੀ ਦੂਰੀ 'ਤੇ ਠੱਟਾ ਮੁਲਤਾਨ ਰੋਡ ਤੋਂ ਥੋੜ੍ਹਾ ਜਿਹਾ ਹਟਵਾਂ ਆਬਾਦ ਹੈ। ਚੱਕ ਨੰਬਰ 355 WB ਯੂਨੀਅਨ ਕੌਂਸਲ ਵੀ ਹੈ ਜਿਹਦੇ ਵਿੱਚ 6 ਹੋਰ ਪਿੰਡ ਚੱਕ ਨੰਬਰ 339 WB ਚੱਕ ਨੰਬਰ 341 WB ਚੱਕ ਨੰਬਰ 349 WB ਚੱਕ ਨੰਬਰ 350 WB ਚੱਕ ਨੰਬਰ 351 WB ਅਤੇ ਡੌਲਾ ਅਰਾਈਂ ਸ਼ਾਮਲ ਨੇ। ਵੈਸਟਰਨ ਬਾਰ ਦਾ ਇਹ ਪਿੰਡ 1930 ਦੇ ਲਾਗੇ ਤਾਗੇ ਆਬਾਦ ਹੋਇਆ ਔਰ ਵੈਸਟਰਨ ਬਾਰ ਦੀ ਨਿਸਬਤ ਨਾਲ ਹੀ ਇਹਦੇ ਨੰਬਰ ਨਾਲ WB ਲੱਗਦਾ ਹੈ। ਉੱਨੀ ਤੋਂ ਪਹਿਲੇ ਇਸ ਪਿੰਡ ਵਿੱਚ ਸਿੱਖ ਆਬਾਦ ਸਨ, ਇਸ ਵਜ੍ਹਾ ਤੋਂ ਇਹਨੂੰ ਇੱਕ ਚੱਕ ਸਿੱਖਾਂ ਵਾਲਾ ਵੀ ਆਖਿਆ ਜਾਂਦਾ ਸੀ। ਇਸ ਵੇਲੇ ਇੱਥੋਂ ਦੀ ਸਾਰੀ ਆਬਾਦੀ 1947 ਵਿੱਚ ਚੜ੍ਹਦੇ ਪੰਜਾਬ ਦੇ ਵੱਖੋ ਵੱਖ ਇਲਾਕਿਆਂ ਵਿੱਚੋਂ ਹਿਜਰਤ ਕਰਕੇ ਆਉਣ ਵਾਲੇ ਲੋਕਾਂ ਦੀ ਹੈ। ਰਿਆਸਤ ਪਟਿਆਲਾ ਜ਼ਿਲ੍ਹਾ ਮਾਨਸਾ ਤੋਂ ਤਾਲੁਕ ਰੱਖਣ ਵਾਲੇ ਅਰਾਈਂ ਗਿਣਤੀ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਬਰਾਦਰੀ ਨੇ, ਜਦਕਿ ਜੱਟ, ਡੋਗਰ, ਅੰਸਾਰੀ, ਗੁੱਜਰ ਅਤੇ ਚੌਹਾਨ ਰਾਜਪੂਤ ਵੀ ਇਸ ਪਿੰਡ ਦੇ ਸਿਰ ਕੱਢਵੇਂ ਕਬੀਲਿਆਂ ਵਿੱਚ ਸ਼ਾਮਲ ਨੇ। ਪੈਂਠ ਮੁਰੱਬੇ ਦੇ ਇਸ ਪਿੰਡ ਦੀਆਂ 2 ਨੰਬਰਦਾਰੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਜੱਟ ਬਰਾਦਰੀ ਅਤੇ ਦੂਜੀ ਅਰਾਈਂ ਬਰਾਦਰੀ ਕੋਲ। ਪੁਰਾਣੀ ਰੀਤ ਮੁਤਾਬਕ ਇਹਨਾਂ ਨੰਬਰਦਾਰਾਂ ਨੂੰ 12.5 ਏਕੜ ਸਰਕਾਰੀ ਰਕਬਾ ਮਿਲਿਆ ਹੋਇਆ ਹੈ, ਜਦਕਿ ਕਾਰੀਗਰ ਘਰਾਂ, ਲੁਹਾਰ ਤਰਖਾਣ ਦੇ ਨਾਲ ਕਬਰਸਤਾਨ ਦੀ ਰਖਵਾਲੀ ਕਰਨ ਵਾਲੇ ਸਾਈਂ ਅਤੇ ਇਮਾਮ ਮਸਜਿਦ ਨੂੰ ਵੀ 2-2 ਏਕੜ ਜ਼ਮੀਨ ਅਲਾਟ ਹੈ। ਸਰਕਾਰੀ ਰਕਬੇ ਦਾ ਪਾਣੀ ਆਮ ਲੋਕਾਂ ਦੀ ਨਿਸਬਤ 1.5 ਗੁਣਾ ਹੁੰਦਾ ਹੈ। ਪਿੰਡ ਦੀ ਆਬਾਦੀ 10,000 ਤੋਂ ਵੱਧ ਅਤੇ ਵੋਟ 5,000 ਦੇ ਕੋਲ ਕੋਲ ਨੇ। ਇੱਥੋਂ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਵਾਹੀਬੀਜੀ ਨਾਲ ਜੁੜੇ ਹੋਏ ਨੇ। ਇਸ ਤੋਂ ਇਲਾਵਾ ਕੁਝ ਆਪਣੇ ਕਾਰੋਬਾਰ ਅਤੇ ਕੁਝ ਸਰਕਾਰੀ ਮੁਲਾਜ਼ਮਤ ਰਾਹੀਂ ਰੋਜ਼ੀ ਰੋਟੀ ਦਾ ਧੰਦਾ ਚਲਾ ਰਹੇ ਨੇ। ਚੱਕ ਨੰਬਰ 355 WB ਦੀ ਜ਼ਮੀਨ ਨੂੰ ਹੈੱਡ ਤ੍ਰਿਮੂ ਤੋਂ ਨਿਕਲਣ ਵਾਲੀ ਠਿੰਗੀ ਨਹਿਰ ਦਾ ਪਾਣੀ ਲੱਗਦਾ ਹੈ। ਪਿੰਡ ਦੇ ਕੁਝ ਬਾਜ਼ਾਰਾਂ ਦੀ ਚੌੜਾਈ 45 ਫੁੱਟ ਅਤੇ ਕੁਝ ਦੀ 33 ਫੁੱਟ ਹੈ। ਇਸ ਪਿੰਡ ਦਾ ਸਨਲਾ ਅਤੇ ਵੱਡਾ ਚੌਕ ਹੈ, ਜਿੱਥੇ ਅੱਜ ਤੋਂ ਕੁਝ ਸਾਲ ਪਹਿਲੇ ਤੱਕ ਪਿੱਪਲ ਦੇ 4 ਵੱਡੇ ਰੁੱਖ ਹੁੰਦੇ ਸਨ। ਚਾਰੋਂ ਪਿੱਪਲਾਂ ਦੇ ਟਹਿਣ ਆਪਸ ਵਿੱਚ ਮਿਲ ਕੇ ਚੌਕ ਨੂੰ ਸੁਣੱਪ
ਤੇ ਪਿੰਡ ਦੇ ਲੋਕਾਂ ਨੂੰ ਬਹਿਣ ਦੀ ਗੂੜੀ ਛਾਂ ਦਿੰਦੇ ਸਨ। ਬੀਤੇ ਸਮੇਂ ਵਿੱਚ ਇੱਥੇ ਇੱਕ ਖੂਹ ਵੀ ਹੁੰਦਾ ਸੀ ਜਿੱਥੋਂ ਪੂਰਾ ਪਿੰਡ ਪਾਣੀ ਭਰਦਾ ਸੀ। ਇਸ ਚੌਕ ਵਿੱਚ ਦੋ ਕਨਾਲ ਪਟਵਾਰ ਖਾਨੇ ਵਾਸਤੇ ਵੀ ਛੱਡੇ ਗਏ ਸਨ। ਚੌਕ ਦੇ ਇੱਕ ਲਾਮੇ ਇਸ ਥਾਂ 'ਤੇ ਇੱਕ ਵੱਡਾ ਗੁਰਦੁਆਰਾ ਵੀ ਸੀ ਜੋ ਗਏ ਵੇਲੇ ਦੇ ਵਸਨੀਕਾਂ ਦੀ ਯਾਦ ਦਿਵਾਉਂਦਾ ਸੀ। ਵੇਲੇ ਦੀ ਹਨੇਰੀ ਨੇ ਹੁਣ ਉਹਨਾਂ ਪਿੱਪਲਾਂ ਦੀਆਂ ਬਸ ਕੁਝ ਨਿਸ਼ਾਨੀਆਂ ਛੱਡੀਆਂ ਨੇ, ਜਦਕਿ ਖੂਹ, ਪਟਵਾਰਖਾਨਾ ਅਤੇ ਗੁਰਦੁਆਰਾ ਬਸ ਇੱਥੋਂ ਦੇ ਪੁਰਾਣੇ ਵਸਨੀਕਾਂ ਦੀਆਂ ਯਾਦਾਂ ਵਿੱਚ ਰਹਿ ਗਏ ਨੇ। ਪਿੰਡ ਦੀਆਂ ਪੁਰਾਣੀਆਂ ਨਿਸ਼ਾਨੀਆਂ ਵਿੱਚੋਂ ਪਿੱਪਲ ਦਾ ਇਹ ਰੁੱਖ ਵੀ ਹੈ ਜੋ ਹਾਈ ਸਕੂਲ ਵਿੱਚ ਹਾਲੇ ਤੱਕ ਖਲੋਤਾ ਹੈ। ਦੱਸਿਆ ਜਾਂਦਾ ਹੈ ਕਿ ਇਹ ਪਿੱਪਲ ਪਾਕਿਸਤਾਨ ਬਣਨ ਤੋਂ ਕਈ ਵਰ੍ਹੇ ਪਹਿਲੇ ਇੱਕ ਸਿੱਖ ਬਜ਼ੁਰਗ ਦੇ ਹੱਥਾਂ ਦਾ ਲੱਗਿਆ ਹੋਇਆ ਹੈ। ਪਿੰਡ ਦੇ ਮਸ਼ਹੂਰ ਸੁਣੇ ਗਿਣੇ ਅਤੇ ਕਾਮਯਾਬ ਲੋਕਾਂ ਵਿੱਚ ਸ਼ੋਭਾਏ ਸਰਜਰੀ ਨਿਸ਼ਤਰ ਹਸਪਤਾਲ ਮੁਲਤਾਨ ਦੇ ਪ੍ਰੋਫੈਸਰ ਡਾਕਟਰ ਅਲਿਆਸ ਅੰਜੁਮ, ਵਾਈਸ ਚਾਂਸਲਰ ਡੀ ਜੀ ਖਾਨ ਯੂਨੀਵਰਸਿਟੀ, ਡਾਕਟਰ ਅਨਸਰ ਅਲੀ ਜੱਟ, ਟੈਕਨੀਕਲ ਕਾਲਜ ਮੁਲਤਾਨ ਦੇ ਪ੍ਰੋਫੈਸਰ ਜ਼ੁਲਫਕਾਰ ਗੁੱਜਰ ਅਤੇ ਪ੍ਰੋਫੈਸਰ ਮੁਹੰਮਦ ਰਾਊਫ ਅਤੇ ਕਰਨਲ ਰਿਟਾਇਰਡ ਮੁਹੰਮਦ ਅਯੂਬ ਜੱਟ ਸ਼ਾਮਲ ਨੇ। ਚੱਕ ਨੰਬਰ 355 WB ਵਿੱਚ ਇਲਮ ਅਤੇ ਜਾਣਕਾਰੀ ਦਾ ਚਾਨਣ ਵੰਡਣ ਵਾਸਤੇ ਮੁੰਡਿਆਂ ਅਤੇ ਕੁੜੀਆਂ ਦੇ ਹਾਈ ਸਕੂਲ ਕਾਇਮ ਨੇ, ਜਦਕਿ ਇਹਦੇ ਨਾਲ ਪ੍ਰਾਈਵੇਟ ਸਕੂਲ ਵੀ ਇਸ ਉੱਚੇ ਕੰਮ ਵਿੱਚ ਆਪਣਾ ਹਿੱਸਾ ਪਾ ਰਹੇ ਨੇ। ਲੋਕਾਈ ਵਾਸਤੇ ਪਿੰਡ ਵਿੱਚ ਬੁਨਿਆਦੀ ਮਰਕਜ਼ੇ ਸਿਹਤ BHU ਲੈਵਲ ਦਾ ਹਸਪਤਾਲ ਅਤੇ ਢੋ ਡੰਗਰਾਂ ਦਾ ਸ਼ਫਾਖਾਨਾ ਵੀ ਮੌਜੂਦ ਹੈ। ਚੱਕ ਨੰਬਰ 355 ਵਿੱਚ 6 ਮਸਜਿਦਾਂ ਨੇ ਜਿੱਥੇ 5 ਵੇਲੇ ਮੁਸਲਮਾਨ ਆਪਣਾ ਸਿਰ ਰੱਬ ਸੱਚੇ ਸੁੱਚੇ ਸੋਹਣੇ ਅੱਗੇ ਝੁਕਾਉਂਦੇ ਨੇ। ਇਸ ਵੀਡੀਓ ਦੀ ਤਿਆਰੀ ਵਿੱਚ ਮਦਦ ਦੇਣ ਲਈ ਅਸੀਂ ਜਨਾਬ ਮੁਹੰਮਦ ਖਲੀਲ ਅਰਾਈਂ, ਡਾਕਟਰ ਮੁਹੰਮਦ ਲਤੀਫ, ਡਾਕਟਰ ਮੁਹੰਮਦ ਜਮੀਲ, ਮੁਹੰਮਦ ਅਨਵਾਰੁਲ ਹੱਕ, ਹਾਰਿਸ ਸ਼ਮਾਉਨ ਅਤੇ ਜਨਾਬ ਨਦੀਮ ਮਨੀਸ ਦੇ ਸ਼ੁਕਰਗੁਜ਼ਾਰ ਹਾਂ।